ਸੰਸਾਰ ਥਿਰ ਨਹੀਂ, ਮਰਨਾ ਜ਼ਰੂਰੀ ਹੈ। ਜਿਸ ਸਮੇਂ ਕਬੀਰ ਹੋਇਆ ਹੈ ਉਸ ਸਮੇਂ ਨੂੰ ਸਾਹਿਤਕਾਰ ਭਗਤੀ ਦਾ ਯੁੱਗ ਗਿਣਦੇ ਹਨ। ਧਨੰਤਰ ਸ਼ਾਹੀ ਰਾਜ ਦੇ ਸਤਾਏ ਲੋਕ ਬਹੁਤ ਬੇਚੈਨ ਸਨ। ਉਹ ਮਾਲੀ ਤੌਰ 'ਤੇ ਤੰਗ ਸਨ। ਜਦੋਂ ਮਨੁੱਖ ਦੀ ਮਾਲੀ ਹਾਲਤ ਮਾੜੀ ਹੋਵੇ ਤਾਂ ਉਹ ਦੇਵੀ ਦੇਵਤੇ ਦਾ ਜਾਂ ਰੱਬ ਦਾ ਪੁਜਾਰੀ ਹੋ ਜਾਂਦਾ ਹੈ। ਇਸ ਵਾਸਤੇ ਕਿ ਉਸਨੂੰ ਸੁੱਖ ਅਤੇ ਸ਼ਾਂਤੀ ਜੇ ਰਾਜ ਦੇ ਰਾਹੀਂ ਪ੍ਰਾਪਤ ਨਹੀਂ ਹੁੰਦੀ ਤਾਂ ਕਿਸੇ ਰੱਬੀ ਸ਼ਕਤੀ ਦੇ ਰਾਹੀਂ ਹੀ ਉਹਨਾਂ ਉੱਤੇ ਮਿਹਰ ਹੋ ਜਾਵੇ। ਲੋਕ ਭਟਕਦੇ ਫਿਰਦੇ ਸਨ। ਜਿਵੇਂ ਪਿਆਸਾ ਮੁੱਲ ਜਲ ਵਾਲੀ ਥਾਂ ਵਰਲ ਸ਼ਰਧਾ ਦੇ ਨਾਲ ਵੇਖਦਾ ਹੈ, ਤਿਵੇਂ ਜਗਿਆਸੂ ਸੁੱਖ ਜੀਵਨ ਕਿਰਨ ਹਾਸਲ ਕਰਨ ਵਾਸਤੇ ਚਾਤ੍ਰਿਕ ਦੀ ਨਿਆਈ ਉੱਧਰ ਨੂੰ ਦੌੜਦਾ ਹੈ ਜਿੱਧਰ ਕਿਸੇ ਰੱਬ ਦੇ ਭਗਤ ਦਾ ਡੇਰਾ ਹੁੰਦਾ ਹੈ। ਕਬੀਰ ਹੁਣ ਆਤਮਿਕ ਗਿਆਨ ਦਾ ਵਿਦਿਆਰਥੀ ਨਾ ਰਿਹਾ, ਸਗੋਂ ਪੰਡਿਤਾਂ ਦੀ ਤਰ੍ਹਾਂ ਕਾਸ਼ੀ ਦੇ ਵਿੱਚ ਬ੍ਰਹਮ ਗਿਆਨੀ ਉਸਤਾਦ ਬਣ ਗਿਆ। ਕਈ ਸ਼ਰਧਾਲੂ ਇਸ ਦੇ ਚੇਲੇ ਬਣ ਗਏ। ਉਹ ਹਰ ਰੋਜ਼ ਕਬੀਰ ਜੀ ਦੇ ਕੋਲ ਸਾਧੂ ਸੰਤਾਂ ਦੀਆਂ ਭੀੜਾਂ ਲੱਗੀਆਂ ਰਹਿੰਦੀਆਂ, ਗਿਆਨ ਚਰਚਾ ਹੁੰਦੀ, ਕਈ ਸਵਾਲਾਂ ਨੂੰ ਹੱਲ ਕੀਤਾ ਜਾਂਦਾ। ਜਿਸ ਵੀ ਕਿਸੇ ਜਗਿਆਸੂ ਨੂੰ ਕਬੀਰ ਜੀ ਗਿਆਨ ਕਿਰਨ ਬਖਸ਼ਦੇ, ਉਸਨੂੰ ਬਾਣੀ ਦੇ ਰਾਹੀਂ ਬਖਸ਼ਦੇ। ਇਸੇ ਕਰਕੇ ਕਬੀਰ ਦੀ ਬਹੁਤ ਸਾਰੀ ਬਾਣੀ ਹੈ ਜੋ ਜੀਵਨ ਉਲਝਣਾਂ ਅਤੇ ਅਟਕਾਂ ਨੂੰ ਦੂਰ ਕਰਨ ਦਾ ਢੰਗ ਦੱਸਦੀ ਹੈ। ਕਬੀਰ ਦੀ ਬਾਣੀ ਹਨੇਰੇ ਦੇ ਵਿੱਚ ਚਾਨਣ ਕਰਦੀ ਹੈ, ਜੀਵਨ ਬਖਸ਼ਦੀ ਹੈ, ਮਰਦਾ ਰੂਹਾਂ ਨੂੰ ਉਮਾ ਅਤੇ ਬਲ ਬਖਸ਼ਦੀ ਹੈ। ਇੱਕ ਦਿਨ ਦੋ ਜਗਿਆਸੂ ਆਏ। ਉਹਨਾਂ ਦੇ ਹਿਰਦੇ ਦੇ ਵਿੱਚ ਸ਼ੰਕੇ ਦੀਆਂ ਗੰਢਾਂ ਸਨ। ਉਹਨਾਂ ਨੇ ਕਬੀਰ ਜੀ ਦੇ ਅੱਗੇ ਸਵਾਲ ਕੀਤਾ, ਗੁਰੂ ਜੀ ਇਹ ਦੱਸੋ ਕਿ ਮਨੁੱਖ ਦਾ ਇਸ ਜਗਤ ਦੇ ਨਾਲ ਕੀ ਸੰਬੰਧ ਹੈ? ਜੀਵ ਨੂੰ ਕਾਲਯੁੱਗ ਵਿੱਚ ਕੀ ਕਰਨਾ ਚਾਹੀਦਾ ਹੈ? ਜੀਵ ਜਮਾਂ ਦੇ ਡੰਡ ਤੋਂ ਕਿਵੇਂ ਬਚ ਸਕੇ? ਇਹ ਮਾਰਗ ਬਤਾਈਏ। ਕਬੀਰ ਜੀ ਉਹਨਾਂ ਜਗਿਆਸੂਆਂ ਨੂੰ ਇਉਂ ਉੱਤਰ ਦਿੱਤਾ, ਅਸੋ ਇਹ ਸੰਸਾਰ ਭੇਖਣਾ ਰਹਿਣ ਨਾ ਕੋਉ ਪਈ ਹੈ ਰੇ, ਸੂਦੇ ਸੂਦੇ ਰੇਗ ਚਲੇ ਤੁਮ ਨੱਤ ਹੈ ਨੱਤਰ ਕੁਦਕਾ ਦਿਵਾਈ ਹੈ ਰੇ। ਰਹਾਓ, ਇਸਦਾ ਪਰਮਾਰਥ ਇਹ ਹੈ, ਉਹ ਭਾਈ ਰਾਮ ਜਨੋ, ਜੋ ਇਹ ਸੰਸਾਰ ਵੇਖਦੇ ਜੇ ਇਸ ਵਿੱਚ ਜਿੰਨੇ ਜੀਵ ਪਸ਼ੂ ਪੰਛੀ ਮਨੁੱਖ ਇਹ ਸਦਾ ਨਹੀਂ ਰਹਿਣਗੇ, ਆਉਂਦੇ ਅਤੇ ਤੁਰ ਜਾਂਦੇ ਨੇ। ਕੀ ਰਾਜਾ ਕੀ ਕੰਗਲਾ, ਮੌਤ ਦਾ ਭਾਰੀ ਹੱਥ ਸਾਰਿਆਂ ਦੇ ਦਿਲਾਂ ਦੀ ਧੜਕਣ ਨੂੰ ਬੰਦ ਕਰ ਦਿੰਦਾ ਹੈ। ਇਸ ਸੰਸਾਰ ਦੇ ਵਿੱਚ ਜੀਵ ਨੂੰ ਸਿੱਧੇ ਰਾਹ ਚੱਲਣਾ ਚਾਹੀਦਾ ਹੈ ਤਾਂ ਕਿ ਜੰਮਾਂ ਦਾ ਧੱਕਾ ਨਾ ਲੱਗੇ। ਸਿੱਧੇ ਰਾਹ ਤੋਂ ਭਾਵ ਹੈ ਜੀਵਨ ਨੂੰ ਚੰਗਾ ਬਣਾਉਣ ਵਾਸਤੇ ਗੁਰੂ ਜਾਂ ਕੋਈ ਮਹਾਤਮ ਪੁਰਖ ਉਪਦੇਸ਼ ਕਰਦਾ ਹੈ। ਸੋ ਉਸਦੇ ਉਪਦੇਸ਼ਾਂ ਦੇ ਉੱਤੇ ਅਮਲ ਕਰਨਾ ਅਤੇ ਗਿਆਨ ਸੁਣ ਕੇ ਜਾਂ ਚੇਤੇ ਕਰਨ ਦੇ ਨਾਲ ਜੀਵ ਆਤਮਾ ਮੁਕਤ ਨਹੀਂ ਹੁੰਦੀ। ਗਿਆਨ ਨੂੰ ਅਮਲ ਵਿੱਚ ਲਿਆਉਣਾ ਜ਼ਰੂਰੀ ਹੈ। ਬਾਰੇ ਬੁੱਢੇ ਤਰੁਣੇ ਪਈਆ ਸਭ ਹੂੰ ਜਮ ਲੈ ਜਾਈ ਹੈ ਰੇ, ਮਾਨੁਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈਆ ਹੀਰੇ। ਹੇ ਰਾਮ ਜਨੂ, ਬਾਲ ਬੁੱਢੇ ਜਵਾਨ ਸਾਰਿਆਂ ਨੂੰ ਜਮ ਨੇ ਲੈ ਜਾਣਾ। ਮਨੁੱਖ ਚੂਹੇ ਦੀ ਨਿਆਈ ਹੈ ਅਤੇ ਹੋਣੀ ਬਿੱਲੀ ਦੀ ਨਿਆਈ ਹੈ। ਚੂਹੇ ਨੂੰ ਹੋਣੀ ਰੂਪੀ ਬਿੱਲੀ ਖਾਈ ਜਾਂਦੀ ਹੈ। ਪਰਮਾਤਮਾ ਨੇ ਇਹ ਬਿੱਲੀ ਇਸ ਵਾਸਤੇ ਛੱਡੀ ਹੈ ਕਿ ਸੰਸਾਰ ਵਿੱਚ ਇਕੱਠ ਨਾ ਹੋ ਜਾਵੇ। ਪਿੱਪਲ ਦੇ ਪੱਤਿਆਂ ਦੇ ਵਾਂਗ ਪੁਰਾਣੇ ਪੱਤੇ ਸੁੱਕ ਕੇ ਝੜ ਜਾਂਦੇ ਨੇ, ਉਹਨਾਂ ਦੀ ਥਾਂ ਨਵੇਂ ਫੁੱਟ ਪੈਂਦੇ ਨੇ। ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈ। ਧਨਵੰਤਾ ਅਰ ਨਿਰਧਨ ਮਨਈ ਤਾਂ ਕੀ ਕਛੋ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ। ਉਹ ਪਰਮਾਤਮਾ ਇਸ ਗੱਲੋਂ ਬਹੁਤ ਚੰਗਾ ਹੈ ਕਿ ਉਹ ਕਿਸੇ ਦੇ ਨਾਲ ਲਿਹਾਜ਼ ਨਹੀਂ ਕਰਦਾ, ਅਮੀਰ ਅਤੇ ਗਰੀਬ ਨੂੰ ਇੱਕੋ ਅੱਖ ਨਾਲ ਵੇਖਦਾ ਹੈ, ਉਸਨੂੰ ਕਿਸੇ ਦੀ ਮੁਛੰਦਗੀ ਨਹੀਂ। ਉਹ ਰਾਜੇ ਅਤੇ ਪਰਜਾ ਅਤੇ ਮਨੁੱਖਾਂ ਨੂੰ ਇੱਕੋ ਸਮਾਨ ਮਾਰਦਾ ਹੈ। ਇਹ ਕਾਲ ਮੌਤ ਦੀ ਵਡਿਆਈ ਹੈ, ਭਾਵ ਕਿ ਭੂਮੀਏ, ਰਾਜੇ, ਸੈਨਿਕ, ਧਨਾੜ, ਕੰਗਾਲ, ਅਨਪੜ੍ਹ, ਪੜ੍ਹੇ ਲਿਖੇ ਸਭ ਨੇ
ਜ਼ਰੂਰ ਮਰਨਾ ਹੈ। ਸੋ ਜਗਿਆਸੂਓ ਮੌਤ ਨੂੰ ਅਟਲ ਸਮਝੋ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਹੇ ਭਾਈ ਰਾਮ ਜਨੋ, ਕਬੀਰ ਜੀ ਬੋਲੇ ਪਰ ਆਮ ਲੋਕਾਂ ਦੇ ਨਾਲੋਂ ਹਰੀ ਦੇ ਸੰਤਾਂ ਹਰੀ ਭਗਤਾਂ ਦੀ ਮੌਤ ਦਾ ਫਰਕ ਹੈ। ਦੁਨੀਆਂ ਦੀ ਨਿਗਾਹ ਦੇ ਵਿੱਚ ਸੰਤ ਅਤੇ ਭਗਤ ਵੀ ਮਰਦੇ ਨੇ। ਦੁਨੀਆਂ ਸੰਤਾਂ ਭਗਤਾਂ ਦੀਆਂ ਪੰਜ ਭੂਤਕ ਦੇਹਾਂ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵਿੱਚ ਲਿਜਾਣੇ ਅਗਨ ਭੇਟ ਕਰਦੀ ਹੈ, ਪਰ ਹਰੀ ਕੇ ਸੰਤ ਮਰਦੇ ਨਹੀਂ, ਇਹ ਅਮਰ ਹੋ ਜਾਂਦੇ ਨੇ। ਪੰਜ ਤੱਤ ਦੇ ਸਰੀਰ ਨੂੰ ਜ਼ਰੂਰ ਬਦਲਦੇ ਨੇ, ਆਵਾਗੌਣ ਦੇ ਝੰਝਟ ਤੋਂ ਛੁਟਕਾਰਾ ਪਾ ਲੈਂਦੇ ਹਨ, ਕਿਉਂਕਿ ਪਾਰ ਬ੍ਰਹਮ ਦੀ ਸ਼ਰਨ ਲੱਗੇ ਹੋਏ ਨੇ। ਜੋ ਰਾਮ ਭਗਤ ਹਨ ਉਹਨਾਂ ਨੂੰ ਮੌਤ ਕੋਲੋਂ ਭੈ ਨਹੀਂ ਆਉਂਦਾ, ਉਹ ਤਾਂ ਸਗੋਂ ਮੌਤ ਨੂੰ ਸੱਦਦੇ ਹਨ। ਕਿਉਂ? ਮਰਨ ਤੋਂ ਬਿਨਾਂ ਜੀਵ ਨੇ ਪਰਮਾਤਮਾ ਨੂੰ ਨਹੀਂ ਮਿਲਣਾ। ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਹੇ ਰਾਮ ਜਨੋ, ਰਾਮ ਨਾਮ ਦਾ ਸਿਮਰਨ ਕਰੋ, ਫਿਰ ਮੌਤ ਦਾ ਭੈ ਨਹੀਂ ਰਹੇਗਾ। ਤੁਸੀਂ ਮੌਤ ਨੂੰ ਆਵਾਜ਼ਾਂ ਮਾਰੋਗੇ ਪਰ ਮੌਤ ਤੁਸਾਂ ਦੇ ਨੇੜੇ ਨਹੀਂ ਆਏਗੀ। ਪੁੱਤਰ ਕਲੱਤਰ ਲਛਮੀ ਮਾਇਆ, ਇਹ ਤਾਂ ਜੋ ਜੀਆ ਜਾਨੀ ਰੇ, ਕਹਿਤ ਕਬੀਰ ਸੁਨੋ ਰੇ ਸੰਤੋ, ਮਿਲ ਹੈ ਸਾਰਿੰਗ ਪਾਨੀ ਰੇ। ਹੇ ਰਾਮ ਜਨੋ, ਧੀਆਂ ਪੁੱਤਰਾਂ ਇਸਤਰੀ ਮਾਇਆ ਸਭ ਨੇ ਜੀਵ ਨੂੰ ਛੱਡ ਜਾਣਾ ਹੈ। ਜੇ ਜਿਉਂਦੇ ਜੀ ਹੀ ਇਹਨਾਂ ਵੱਲੋਂ ਮੋਹ ਘਟਾ ਕੇ ਭਗਵਾਨ ਦੇ ਨਾਲ ਬਿਰਤੀ ਜੋੜ ਲਵੋ ਤਾਂ ਕਬੀਰ ਦਾ ਇਹ ਕਥਨ ਸੱਚ ਜਾਣੋ ਕਿ ਹਰੀ ਦੇ ਨਾਲ ਇੱਕ ਮਿੱਕ ਹੋ ਜਾਓਗੇ, ਭਾਵ ਮੁਕਤ ਹੋ ਜਾਓਗੇ। ਹਰ ਸਾਸ ਨਾਲ ਰਾਮ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਦੋਹਾਂ ਸ਼ਰਧਾਲੂਆਂ ਦੇ ਮਨ ਨਿਰਮਲ ਹੋ ਗਏ, ਸਾਰੇ ਸ਼ੰਕੇ ਮਿਟ ਗਏ, ਮੌਤ ਦਾ ਭੈ ਨਾ ਰਿਹਾ। ਉਹ ਕਬੀਰ ਜੀ ਦੇ ਚਰਨੀ ਲੱਗੇ ਅਤੇ ਇੱਕ ਚਿੱਤ ਹੋ ਕੇ ਰਾਮ ਨਾਮ ਦਾ ਸਿਮਰਨ ਕਰਨ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।